मेरा बेटा कहिंदा मैनूं मम्मी पिछला बचपन दसो। बचपन साडा पुत्त, पंज भरा चार भैणा। मेरे पिता जी पाकिस्तान पिछों चूड़खाने दे शेखपुर जिले दे सीगे। ते मेरी दादी मेरा दादा है पाकिस्तान इधर आए, ते इन्हां ने आण के सानूं दसदे हुंदे सीगे कि असीं उत्थे इंज सी आ सी जदों जंग युद्ध होए इधर नूं आए। फिर ते फिर मेरे असीं फिर छोटियां छोटियां होवांगियां जदों इधर आ के मेरे भरा होए ने। ते एक भरा मेरा बाहर पाकिस्तान ही सी गोदी लैके आए सी 3 साल तक दसदी सी मेरी माता। ते बाकी इधर चार भरा इधर होए ने, चार भैणां भी इधर होईयां ने। फिर असी जदों हौली हौली सानू सुरती आई ते साडे पिता जी नूं वेखदे सी वी इन्ना काम करदा है, ते असी आप नाल खुद एक मेरी भैण दा विआह हो गया, भरा दा वी हो गया। फिर असी नाल काम अपने पिता जी दे नाल पूरा मोढे नाल मोढा जोड़ के काम करदे रहे हां। कोई ऐसी गल नहीं, अज कल दे बच्चे तां काम करन तों तकलाउंदे ने रोटी पकाउण तों। असी बहुत काम कीता, कणक वढ लैणी, कणक वढ के फिर इकट्ठी करनी, इकट्ठी करके फिर उहदियां पंडा बनणियां, पंडा बन के फिर एक पेड़ बनाउणा, मिट्टी लिप के किला पूरा लिप के उहदे विच पंडा बन के असी उत्थे इकट्ठियां करके अपने सिरां ते चक चक के उत्थे रखदे रहे। जदों असी उत्थे इकट्ठियां करके रख देणियां, फिर असी दूजे दिन ड्रम्मी लाणी। मेरे पापा जी ने ड्रम्मी ला के असी पिछे पिछे दफ्फे लाउंदे रहे आप कणक दे। रात नूं असी 11 बजे तक असी काम करदे हां। ते मेरा पिता जी कहिंदा पुत्त तुसीं बहुत काम कीता, मैं कहा तुसीं छड्ड दो, इन्ना काम असी कीता नाल। फिर असी काम, मेरा पिता जी कहिंदे तुसीं काम ना करो, हुण रहिण दिओ, सुख जो। सवेरे फिर देण चढ़ना, फिर असीं कणक दा किला वढ लैणा चारां भैणां ने नाल छोटे भरा मेरे। ਦੋ ਛੋਟੇ ਮੇਰੇ ਭਰਾ ਸੀ ਮੇਰੇ ਤੋਂ, ਤੇ ਉਹ ਮੇਰੇ ਤੋਂ ਛੋਟੇ ਮੇਰੀਆਂ ਭੈਣਾਂ ਸੀਗੀਆਂ। ਅਸੀਂ ਪੂਰਾ ਕੰਮ ਕੀਤਾ, ਇੱਕ ਮੇਰੀ ਭੈਣ ਵਿਆਹੀ ਗਈ, ਭਰਾ ਵੀ ਵਿਆਹਿਆ ਗਾ, ਇੱਕ ਮੇਰਾ ਭਰਾ ਬਾਹਰ ਕਿਤੇ ਕੰਮ 'ਤੇ ਲੱਗਿਆ ਸੀ, ਇੱਕ ਮੇਰੇ ਭਰਾ ਨੇ ਘਰ ਦੀ ਕਬੀਲਦਾਰੀ ਸੰਭਾਲਦਾ ਸੀ। ਉਹਦੀ ਪਤਨੀ ਬਹੁਤ ਅੱਛੀ ਸੀ ਸਾਡੀ ਭਾਬੀ, ਮਾਵਾਂ ਜਿੰਨਾ ਪਿਆਰ ਦਿੱਤਾ ਉਹਨੇ, ਰੋਟੀਆਂ ਬਣਾਉਣੀਆਂ ਤੰਦੂਰ 'ਤੇ 3 ਟਾਈਮ ਉਹਨੇ ਸਾਨੂੰ ਬੈਠਿਆਂ ਨੂੰ ਰੋਟੀ ਖਵਾਉਣੀ, ਜਿਹੜੀ ਚੀਜ਼ ਅਸੀਂ ਮੰਗਣੀ ਸਾਨੂੰ ਉਹ ਚੀਜ਼ ਦੇਣੀ। ਅਸੀਂ ਕਈ ਵਾਰੀ ਕਹਿਣਾ ਮਾਂ ਆਪਣੀ ਨੂੰ, ਬੇਬੇ ਸਾਨੂੰ ਨਾ ਸੇਵੀਆਂ, ਉਹਨੇ ਕਹਿਣਾ ਗੁੜ ਵਾਲੀਆਂ, ਮਿੰਟ ਵਿੱਚ ਹੀ ਵੱਟ ਕੇ ਸੇਵੀਆਂ ਗੁੜ ਵਾਲੀਆਂ ਬਣਾਉਣੀਆਂ, ਲਾਲਚ ਦੇ ਕੇ ਸਾਡੇ ਕੋਲ ਕੰਮ ਲੈਣਾ। ਫਿਰ ਅਸੀਂ ਦੇਖੋ ਤੂੜੀ ਦੇ ਵਿੱਚ, ਤੂੜੀ ਵੀ ਅਸੀਂ ਕੁੱਪ ਬੰਨਣੇ ਨਾਲ, ਸਾਰਾ ਕੰਮ ਕਰਨਾ, ਕਣਕ ਵੱਢਣੀ। ਫਿਰ ਉਹ ਪੇੜ ਦੇ ਵਿੱਚੋਂ ਕਣਕ ਜਿਹੜੀ ਮੰਡੀ ਚਲੀ ਗਈ, ਬਾਕੀ ਬਚੀ ਅਸੀਂ 1 ਕਿਲੋਮੀਟਰ ਦੂਰ ਸਾਡੀ ਪੈੜੀ ਤੋਂ ਘਰ ਸੀਗਾ, ਉੱਥੇ ਜਾ ਅਸੀਂ ਆਪਣੇ ਸਿਰ 'ਤੇ ਚੁੱਕੇ ਟੋਕਰੇ ਤਸਲੇ ਥੈਲਿਆਂ 'ਚ ਪਾ ਕੇ ਅਸੀਂ ਘਰ ਆਪਣੇ ਖਾਣ ਜੋਗੀ ਕਣਕ ਲਿਜਾਉਣੀ ਡਰੰਮਾਂ 'ਚ ਪਾਉਣ ਵਾਸਤੇ। ਫਿਰ ਝੋਨੇ ਦੇ ਟਾਈਮ ਝੋਨਾ ਆ ਗਿਆ, ਅਸੀਂ ਝੋਨਾ ਆਪ ਲਾਉਂਦੀਆਂ ਰਹੀਆਂ ਵਾਂ, ਅਸੀਂ ਆਪ ਲਾਉਂਦੇ ਰਹੇ ਹਾਂ ਝੋਨਾ ਆਪਣੇ ਇਸ ਹੱਥਾਂ ਦੇ ਨਾਲ। ਅਸੀਂ ਅੱਧਾ ਦਾ ਕਿੱਲਾ ਝੋਨਾ ਲਾ ਕੇ ਫਿਰ ਨਿਕਲਦੇ ਸੀ ਬਾਹਰ, ਝੋਨਾ ਪੱਕ ਗਿਆ ਫਿਰ ਉਹਨੂੰ ਵੱਢਣਾ, ਵੱਢ ਕੇ ਫਿਰ ਅਸੀਂ ਉਹਨੂੰ ਇਕੱਠਾ ਕਰਨਾ, ਇਕੱਠਾ ਕਰਕੇ ਰਾਤ ਇੱਕ ਦਿਨ ਵੱਢ ਲੈਣਾ, ਦੂਜੇ ਦਿਨ ਅਸੀਂ ਇਕੱਠਾ ਕਰਕੇ ਪਿੰਡ ਦੇ ਵਿੱਚ ਅਸੀਂ ਖੁਦ 6 ਵਜੇ ਜਾ ਕੇ ਝੋਨਾ ਫੰਡਦੇ ਸੀਗੇ, 6 ਵਜੇ ਜਾ ਕੇ ਅਸੀਂ ਝੋਨਾ ਫੰਡਦੇ ਸੀਗੇ। ਸਾਡੀ ਕੀ ਉਮਰ ਸੀ ਉਦੋਂ, 13-14 ਸਾਲ ਦੇ ਹੋਵਾਂਗੇ, ਜਦੋਂ ਅਸੀਂ ਇੰਨਾ ਕੰਮ ਆਪਣੇ ਪਿਤਾ ਜੀ ਦੇ ਨਾਲ ਕੀਤਾ ਨਾ ਜਿੰਨਾ ਕੋਈ ਹੱਦ ਨਹੀਂ। ਮੇਰੇ ਪਿਤਾ ਜੀ ਜਦੋਂ ਪਾਕਿਸਤਾਨ ਤੋਂ ਆਏ ਉਹ ਦੱਸਦੇ ਹੁੰਦੇ ਸੀਗੇ, ਅਤੇ ਉਹਨਾਂ ਨੇ ਗੱਲਾਂ ਕਰਨੀਆਂ ਅਸੀਂ ਸੁਣੀ ਜਾਂਦੇ ਸੀਗੇ। ਅਸੀਂ ਕਹਿਣਾ ਸਾਡੀ ਦਾਦੀ ਦਾਦਾ ਇੱਦਾਂ ਪੁੱਛਣਾ ਵੀ ਕੀ ਉੱਥੇ ਹੋਇਆ, ਕੀ ਹੋਇਆ, ਲੜਾਈਆਂ ਹੋਈਆਂ। ਅਤੇ ਸਮਾਨ ਮੇਰੀ ਦਾਦੀ ਖੁਦ ਸੋਨਾ ਵੀ ਲੈ ਕੇ ਆਏ, ਤਾਂ ਗਾਗਰਾਂ ਪਤੀਲੇ ਭਾਂਡੇ ਪਾਕਿਸਤਾਨ ਨੂੰ ਲੈ ਕੇ ਆਏ, ਕਹਿੰਦੇ ਅਸੀਂ ਆਪਣੀਆਂ ਜਾਨਾਂ ਬਚਾਈਆਂ, ਜਿੰਨਾ ਕੁ ਸਾਡੇ ਕੋਲ ਸਮਾਨ ਲਿਆਂਦਾ ਗਿਆ ਲਿਆਂਦਾ। ਬਾਕੀ ਕਹਿੰਦੇ ਅਸੀਂ ਉੱਥੇ ਘੜੇ ਦੇ ਵਿੱਚ ਗਹਿਣਾ ਦੱਬ ਕੇ ਆਏ ਹਾਂ ਵੀ ਜਦੋਂ ਫਿਰ ਮਾਹੌਲ ਠੀਕ ਹੋ ਗਿਆ ਫਿਰ ਅਸੀਂ ਆਪਣਾ ਆਣ ਕੇ ਸੋਨਾ ਲੈ ਲਾਂਗੇ। ਪਰ ਉਦੋਂ ਮਾਹੌਲ ਹੀ ਨਾ ਠੀਕ ਹੋਇਆ, ਨਾ ਕਿਤੇ ਗਏ। ਪਰ ਸਾਡੀ ਸੰਭਾਲ ਤਾਂ ਅਸੀਂ ਕਣਕਾਂ ਵੀ ਵੱਡੀਆਂ ਨੇ, ਝੋਨੇ ਵੀ ਵੱਡੇ ਨੇ, ਫੰਡੇ ਵੀ ਨੇ, ਕੁਤਰੀਆਂ ਵੀ ਨੇ, ਕਪਾਹਾਂ ਵੀ ਚੁੱਗੀਆਂ ਨੇ, ਗੋਡੀਆਂ ਵੀ ਕੀਤੀਆਂ ਨੇ, ਮਰਚਾਂ ਵੀ ਚੁੱਗੀਆਂ ਨੇ, ਮਰਚਾਂ ਦੀਆਂ ਗੋਡੀਆਂ ਵੀ ਕੀਤੀਆਂ ਨੇ, ਆਪਣੀ ਆਪ ਅਸੀਂ ਖੁਦ ਕੰਮ ਕਰਦੇ ਰਹੇ ਹਾਂ। ਮੇਰੇ ਪਿਤਾ ਜੀ ਕਹਿੰਦੇ ਮੇਰੇ ਧੀਆਂ ਜਵਾਨ ਹੋ ਗਏ ਨੇ, ਮੈਂ ਨੌਕਰ ਨਹੀਂ ਰੱਖਣਾ। ਉਹਨਾਂ ਨੇ ਕੋਈ ਨੌਕਰ ਨਹੀਂ ਰੱਖਿਆ, ਅਸੀਂ ਐਨ ਭੱਜ ਭੱਜ ਕੇ ਕੰਮ ਕਰਦੇ ਰਹੇ ਹਾਂ। ਸਾਨੂੰ ਕਿਸੇ ਚੀਜ਼ ਦਾ ਲਾਲਚ ਦੇ ਦੇਣਾ, ਤੁਹਾਨੂੰ ਅੱਜ ਗੁੜ ਵਾਲੀਆਂ ਸੇਵੀਆਂ ਖਵਾਵਾਂਗੇ, ਅਤੇ ਅਸੀਂ ਫਿਰ ਉਦੋਂ ਦੁੱਗਣਾ ਸਵੇਰੇ ਉੱਠ ਕੇ ਕੰਮ ਕਰਨਾ। ਅਤੇ ਫਿਰ ਅਸੀਂ ਆਪਣੇ ਡੰਗਰ ਪਸ਼ੂ ਸਾਰਾ ਸੰਭਾਲਦੇ ਸੀ, ਧਾਰਾਂ ਵੀ ਕੱਢਦੇ ਸੀਗੇ, ਸਾਰਾ ਕੰਮ ਅਸੀਂ ਆਪਣੇ ਸੰਭਾਲ ਦੇ ਵਿੱਚ। ਕੋਈ ਐਸਾ ਕੰਮ ਨਹੀਂ ਜਿਹੜਾ ਨਹੀਂ ਕੀਤਾ, ਕਢਾਈਆਂ ਦਾ ਵੀ, ਸਿਲਾਈਆਂ ਦਾ ਵੀ, ਆਪਣੀਆਂ ਦਰੀਆਂ ਵੀ ਬੁਣਨੀਆਂ, ਸਾਰਾ ਕੰਮ ਆਪ ਕਰਦੇ ਰਹੇ ਆਪਣੇ ਪਿਤਾ ਮਾਤਾ ਦੇ ਨਾਲ, ਪੂਰਾ ਖੜ ਕੇ ਕੰਮ ਕਰਦੇ ਰਹੇ। ਕੋਈ ਸਾਨੂੰ ਪਤਾ ਨਹੀਂ ਰਾਤ ਕਿੱਥੇ ਲੰਘੀ ਹੈ, ਦਿਨ ਕਿੱਥੇ ਲੰਘਿਆ, ਬਹੁਤ ਕੰਮ ਕੀਤਾ। ਇੱਕ ਮੇਰੇ ਭਰਜਾਈ ਮੇਰੇ ਵੱਡੇ ਭਰਾ ਤੋਂ ਛੋਟੇ ਮੇਰੇ ਭਾਬੀ ਜੀ ਸੀਗੇ, ਉਹਨੇ ਸਾਨੂੰ ਮਾਵਾਂ ਵਾਲਾ ਪਿਆਰ ਦਿੱਤਾ, ਉਹਨੇ ਬਹੁਤ ਸਾਨੂੰ ਪਿਆਰ ਦਿੱਤਾ, ਅੱਜ ਯਾਦ ਹੁੰਦੀ ਹੈ।
ਉਹਨੇ ਰੋਟੀਆਂ ਤੰਦੂਰਾਂ ਦੇ 3 ਟਾਈਮ ਪਕਾਣੀਆਂ 3 ਟਾਈਮ ਖਵਾਣੀਆਂ ਸਾਨੂੰ, ਅੱਜ ਉਹਦੇ ਵਿੱਚ ਸਾਡੇ ਵਿੱਚ ਹੈ ਨਹੀਂ, ਅੱਜ ਅੱਜ ਸਾਡੀ ਭਾਬੀ ਨਹੀਂ ਹੈਗੀ ਵਿੱਚ। ਉਹਨੇ ਬਹੁਤ ਸਾਨੂੰ ਪਿਆਰ ਦਿੱਤਾ, ਬਹੁਤ ਜ਼ਿਆਦਾ, ਇੰਨਾ ਪਿਆਰ ਦਿੱਤਾ ਕਿ ਮਾਵਾਂ ਤੋਂ ਵੱਧ ਕੇ ਅਸੀਂ ਬਹੁਤ ਜ਼ਿਆਦਾ ਆਪਣੇ ਪਿਤਾ ਜੀ ਦੇ ਨਾਲ ਹੱਥ ਵਡਾਇਆ। ਹਾਂ, ਮੇਰੇ ਪਾਪਾ ਜੀ ਨੂੰ, ਮੇਰੇ ਪਾਪਾ ਜੀ ਨੂੰ ਪੱਗੂ ਕਹਿੰਦੇ ਸੀ, ਉਹ ਮਾਇਆ ਲਾ ਕੇ ਨਾ ਵੱਡੀ ਸਾਰੀ ਪੱਗ ਬੰਨ ਲੈਂਦਾ ਸੀ, ਉਹਦੇ ਕਰਕੇ ਫਿਰ ਲੋਕਾਂ ਨੇ ਉਹਦਾ ਪੱਗੂ ਨਾ ਪਾ ਤਾ ਮੇਰੇ ਪਿਤਾ ਜੀ ਦਾ। ਫਿਰ ਅਨੋਕ ਸਿੰਘ ਨਾਂ ਸੀਗਾ ਉਹਦਾ, ਫਿਰ ਉਹਨੂੰ ਕਹਿਣ ਲੱਗ ਗਏ ਵੀ ਪਿੰਡ 'ਚ ਅਨੋਕ ਸਿੰਘ 3 ਸੀਗੇ, ਫਿਰ ਉਹ ਪੱਗੂ ਨਾ ਪਾ ਤਾ ਉਹਨਾਂ ਨੇ ਵੀ ਇਹ ਪੱਗੂ ਕਰਕੇ। ਅੱਜ ਵੀ ਸਾਡੇ ਪਰਿਵਾਰ ਨੂੰ ਸਾਰੀ ਦੁਨੀਆਂ ਇਹੀ ਕਹਿੰਦੀ ਹੈ ਵੀ ਪੱਗੂਆਂ ਦਾ ਲਾਣਾ ਹੈ, ਪੱਗੂਆਂ ਦਾ ਪਰਿਵਾਰ ਆਇਆ, ਪੱਗੂਆਂ ਦੀਆਂ ਕੁੜੀਆਂ ਆਈਆਂ ਨੇ, ਪੱਗੂਆਂ ਦੇ ਮੁੰਡੇ ਆਏ ਨੇ, ਪੱਗੂ ਕਰਕੇ ਹੀ ਅੱਜ ਵੀ ਪਤਾ ਲੱਗਦਾ ਉਸ ਪਿੰਡ 'ਚ, ਓਦਾਂ ਨਹੀਂ ਪਤਾ ਲੱਗਦਾ ਵੀ ਕਿਹਦੇ ਘਰ ਜਾਣਾ ਜਦੋਂ। ਹਾਂ, ਉਦੋਂ ਤਾਂ ਜਮਾਨਾ ਭੋਲਾ ਸੀਗਾ, ਬਹੁਤ ਵਧੀਆ ਸੀਗਾ, ਕੰਮ ਕਾਰ 'ਚ ਕੋਈ ਅੱਕਦੇ ਥੱਕਦੇ ਨੀ। ਹੁਣ ਤਾਂ ਰੋਟੀ ਬਣਾਉਣ ਤੋਂ ਵੀ ਕੁੜੀਆਂ ਪਲਾਉਂਦੀਆਂ ਨੇ, ਰੋਟੀ ਨੀ ਪੱਕਦੀ ਸਾਡੇ ਤੋਂ, ਕੰਮ ਨੀ ਹੁੰਦਾ ਸਾਡੇ ਤੋਂ। ਅਸੀਂ ਤਾਂ ਬਹੁਤ ਕੰਮ ਕੀਤਾ ਆਪਣੀ ਸੰਭਾਲ, ਮੈਂ ਹੁਣ ਤੱਕ ਵੀ ਆ 10 ਸਾਲਾਂ ਦੇ ਵਿੱਚ ਮੈਂ ਆਪਣੇ ਮਕਾਨ ਬਣਾਇਆ, ਮੈਂ ਉਹਦੀ ਆਪ ਰੋੜੀ ਕੁੱਤੀ ਹੈ, ਮੈਂ ਦਿਹਾੜੀਆਂ ਨੀ ਲਾਇਆ, ਮੈਂ ਆਪ ਨਾਲ ਮਿਸਤਰੀਆਂ ਦੇ ਕੰਮ ਕੀਤਾ। 10 ਸਾਲ ਹੋ ਗਏ ਨੇ ਇਸ ਗੱਲ ਨੂੰ, ਪਰ ਇਹ ਸੁਣ ਵੀ ਹਜੇ ਵੀ ਸਰੀਰ ਨੂੰ ਐਵੇਂ ਹਿੰਮਤ ਨਹੀਂ ਹਾਰੀ, ਪਰ ਫਿਰ ਵੀ ਪੂਰੀ ਸਿਹਤ ਕੇਮ ਕਰਦੀ ਹੈ। ਮੈਂ ਪੜ੍ਹਦੀ ਸੀਗੀ ਉਦੋਂ, ਸਾਡੇ ਪੜ੍ਹੀ ਤਾਂ ਮੈਂ 5-5ਵੀਂ 'ਚੋਂ ਹਟ ਗਈ ਸੀਗੀ, ਕਿਉਂ ਉੱਥੇ ਸਾਡੇ ਉਦੋਂ ਦਿਹਾੜੀਏ ਲੱਗਦੇ ਸੀ, ਖੰਭੇ ਲੱਗਦੇ ਸੀ ਬਿਜਲੀ ਵਾਲੇ, ਅਤੇ ਉਹ ਖੰਭੇ ਲੱਗਦੇ, ਮੇਰੇ ਮਾਤਾ ਜੀ ਕਹਿੰਦੇ ਵੀ ਰੋਟੀਆਂ ਲੈ ਕੇ ਜਾਣੀਆਂ ਨੇ, ਵਾਹਵਾ ਦੂਰ ਪੈਲੀ ਸੀ, ਉੱਥੇ ਅਸੀਂ ਫਿਰ ਕਦੀ ਚਾਹ ਲੈ ਕੇ ਜਾਣੀ, ਕਦੀ ਰੋਟੀ ਲੈ ਕੇ ਜਾਣੀ, ਦੁਪਹਿਰ ਦੀ ਫਿਰ ਰਾਤ ਦੀ, ਸਾਡਾ ਦਾਦਾ ਜੀ ਪੈਲੀ 'ਚ ਰਹਿੰਦੇ ਸੀ ਅਤੇ ਡਿਊਟੀ ਲੱਗੀ, ਇੱਕ ਜਣਾ ਰਾਤ ਨੂੰ ਜਾਂਦਾ ਸੀ, ਇੱਕ ਜਣਾ ਦੁਪਹਿਰੇ ਜਾਂਦਾ ਸੀ, ਇੱਕ ਜਣਾ ਸਵੇਰੇ ਰੋਟੀ ਲੈ ਕੇ ਜਾਂਦਾ ਸੀ, ਇਸ ਕਰਕੇ ਪੜ੍ਹਾਈ ਨਹੀਂ ਹੋਈ ਪੂਰੀ। ਅਤੇ ਅੱਜ ਉਹ ਮੇਰੀਆਂ 5 ਜਮਾਤਾਂ ਜਿਹੜੀਆਂ ਪੌਣੀਆਂ 5 ਕੀਤੀਆਂ ਨੇ, ਪੂਰੀਆਂ ਨਹੀਂ ਹੋਈਆਂ, ਅੱਜ ਉਹ ਮੈਨੂੰ 10 ਦੇ ਬਰਾਬਰ ਨੇ। ਪੜ੍ਹਾਈ ਨਾਲ ਮੈਨੂੰ ਅੱਜ ਬਹੁਤ ਜ਼ਿਆਦਾ ਹੀ ਸੀਗਾ ਪਿਆਰ, ਮੈਂ ਪੜ੍ਹਾਈ ਕਰਦੀ ਰਹੀ, ਪੜ੍ਹਦੀ ਰਹੀ ਹੌਲੀ ਹੌਲੀ ਘਰੇ ਕਾਗਜ਼ ਕਿਤਾਬਾਂ, ਪਰ ਮੈਨੂੰ ਲਿਖਣਾ ਨਹੀਂ ਇੰਨਾ ਆਉਂਦਾ, ਪੜ੍ਹਾਈ ਬਹੁਤ ਮੈਨੂੰ ਆਉਂਦੀ ਹੈ, ਮੈਂ ਪਾਠ ਕਰ ਲੈਂਦੀ ਹਾਂ ਸੁਖਮਨੀ ਸਾਹਿਬ ਦਾ, ਇਸ ਤੋਂ ਵੱਧ ਨਹੀਂ, ਜਪਜੀ ਸਾਹਿਬ ਦਾ, 5 ਬਾਣੀਆਂ ਦਾ ਨਿਤਨੇਮ, ਮੈਂ ਬਹੁਤ ਜ਼ਿਆਦਾ ਹੀ ਆਪਣੇ ਆਪ ਨੂੰ ਭਾਗਿਆਸ਼ਾਲੀ ਕਹਿੰਦੀ ਹਾਂ ਕਿ ਜਿਹੜਾ ਸਾਡਾ ਸਮਾਂ ਅਸੀਂ ਵੇਖਿਆ ਇੰਨਾ ਵਧੀਆ ਵੇਖਿਆ, ਜਿਹੜਾ ਹੁਣ ਵੀ ਦੇਖ ਰਹੇ ਹਾਂ ਉਹ ਵੀ ਵਧੀਆ ਸਮਾਂ, ਪਰ ਉਹ ਸਮੇਂ ਵਰਗੀ ਰੀਸ ਨਹੀਂ ਜਿਹੜਾ ਪੁਰਾਣਾ ਸਮਾਂ ਸੀਗਾ, ਉਹਦੇ ਉਹ ਸਮੇਂ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਜਾਨੀ ਕੋਈ ਪਰਵਾਹ ਨਹੀਂ ਸੀ ਹੁੰਦੀ, ਕਿੱਥੇ ਪਏ ਹਾਂ ਕਿੱਥੇ ਨਹੀਂ ਪਏ, ਕੰਮ ਕਿਹੜਾ ਕਰਨਾ, ਥੱਕਦੇ ਅੱਕਦੇ ਹੀ ਨਹੀਂ ਸੀ, ਲੱਸੀਆਂ ਪੀਵੀ ਦੀਆਂ ਸੀ, ਚਾਹਵਾਂ ਤੇ ਘੱਟ ਹੀ ਪੀਵੀ ਦੀਆਂ ਸੀ, ਆਪ ਝੋਨੇ ਵੀ ਅਸੀਂ ਲਾਏ ਨੇ, ਖੁਦ ਆਪ ਝੋਨੇ ਲਾਏ ਨੇ, ਇਹ ਬਿਲਕੁਲ ਗੱਲ ਸੱਚ ਹੈ ਬਿਲਕੁਲ। ਨਾ ਮੇਰੇ ਪਾਪਾ ਜੀ ਤੇ ਬਹੁਤ ਪਿਆਰ ਕਰਦੇ ਸੀ ਸਾਨੂੰ, ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਉਹ ਸਾਨੂੰ ਕੁੜੀਆਂ ਸਮਝਦੇ ਹੀ ਨਹੀਂ ਸੀ, ਕਹਿੰਦੇ ਮੇਰੇ ਮੁੰਡੇ ਨੇ ਜਿਹੜੇ ਮੇਰੇ ਨਾਲ ਇੰਨਾ ਕੰਮ ਕਰਦੇ ਨੇ, ਮੇਰੇ ਮੁੰਡੇ ਨੇ, ਮੇਰੇ ਪੁੱਤਰ ਨੇ, ਉਹ ਸਾਨੂੰ ਸਮਝਦੇ ਹੀ ਨਹੀਂ ਸੀ ਕੁੜੀਆਂ ਵੀ ਇਹ ਕੁੜੀਆਂ ਨੇ ਮੇਰੀਆਂ। ਅਤੇ ਮੇਰੇ ਭਰਾ 5 ਸੀਗੇ, ਉਹ ਆਪੋ ਆਪਣੇ ਕੰਮਾਂ 'ਤੇ, ਉਹ ਇੱਕ ਪੜ੍ਹਦਾ ਸੀਗਾ ਜਲੰਧਰ, ਫਿਰ ਇੱਕ ਇੱਕ ਘਰ ਸੀ ਜਿਹੜਾ ਖੇਤੀ ਦੇ ਨਾਲ ਕੰਮ ਕਰਾਉਂਦਾ ਸੀ, ਜਿਹੜਾ ਉੱਥੋਂ ਛੋਟਾ ਸੀ ਉਹ ਵੀ ਉਹ ਨਾਲ, ਬਾਕੀ 3 ਬਿਜਲੀ ਬੋਰਡ 'ਚ ਲੱਗ ਗਏ, 2 ਘਰ ਖੇਤੀ ਦਾ ਕੰਮ ਕਰਦੇ ਸੀ ਬਸ, ਉਹਨਾਂ ਉਦੋਂ ਅਸੀਂ ਵਿਆਹੀਆਂ ਗਈਆਂ, ਫਿਰ ਉਹਨਾਂ ਨੇ ਆਪੋ ਆਪਣੇ ਕੰਮ ਸੰਭਾਲ ਲਏ, ਅਸੀਂ ਆਪਣੇ ਘਰਾਂ 'ਚ ਰੁੱਝ ਗਈਆਂ। ਮੇਰੀ ਮੇਰੀ ਮਾਤਾ ਵੀ ਸੀਗੀ, ਮੇਰੇ ਪਿਤਾ ਵੀ ਸੀ, ਮੇਰਾ ਦਾਦਾ, ਮੇਰੀ ਦਾਦੀ, ਮੇਰੇ ਦਾਦੇ ਦਾ ਭਰਾ, ਇੰਨਾ ਪਰਿਵਾਰ ਸੀ ਸਾਡਾ, ਇੱਕ ਭਰਾ ਦੇ 5 ਬੇਟੇ ਸੀ, 2 ਬੇਟੀਆਂ ਸੀ, ਸਾਡੇ 20 ਜੀ ਸੀਗੇ, ਜਦ ਸਾਨੂੰ ਡੀਪ ਜੋ ਚੀਨੀ ਮਿਲਦੀ ਨਾ, 20 ਜੀਆਂ ਦੀ ਚੀਨੀ ਮਿਲਦੀ ਸਾਨੂੰ, ਸਾਡੇ 20 ਜੀਆਂ ਦੀ, ਸਾਡੀ ਭਰਜਾਈ ਇਕੱਲੀ ਰੋਟੀਆਂ ਪਕਾ ਕੇ ਖਵਾਉਂਦੀ ਸੀ 20 ਜੀਆਂ ਨੂੰ, ਦੇਖ ਲਓ ਅੱਜ ਸਾਡੇ ਪਰਿਵਾਰ ਦੇ ਵਿੱਚ। ਮੇਰੀ ਦਾਦੀ ਤਾਂ ਇੰਨੀ ਵਧੀਆ ਮੇਰੀ ਦਾਦੀ ਸੀ ਨਾ, ਮੇਰੀ ਦਾਦੀ ਦਾ ਇੰਨਾ ਸੁਭਾਅ ਚੰਗਾ ਸੀ, ਅੱਜ ਵੀ ਤੁਸੀਂ ਪੁੱਛ ਕੇ ਦੇਖ ਲਓ, ਮੇਰੀ ਦਾਦੀ, ਉਹਦਾ ਹੁਕਮਾ ਨਾਂ ਸੀਗਾ ਮੇਰੇ ਦਾਦੇ, ਸੰਤ ਕੌਰ ਨਾਂ ਸੀਗਾ ਮੇਰੀ ਦਾਦੀ ਦਾ, ਅਤੇ ਬਚਪਨ 'ਚ ਹੁਕਮਾ ਹੁਕਮਾ ਕਹਿੰਦੇ ਸੀਗੇ, ਅਤੇ ਉੱਦਾਂ ਸੰਤ ਕੌਰ ਸੀ, ਭਗਤ ਸਿੰਘ ਮੇਰੇ ਦਾਦਾ ਸੀ, ਇਕਬਾਲ ਸਿੰਘ ਮੇਰੇ ਦਾਦਾ ਸੀ, ਅਨੋਕ ਸਿੰਘ ਮੇਰੇ ਪਿਤਾ ਜੀ ਸੀਗੇ, ਪਰ ਉਹ ਮੇਰੀ ਦਾਦੀ ਦਾ, ਮੈਂ ਕਹਿੰਦੀ ਹਾਂ ਉਹਦੇ ਕੋਈ ਇਹੋ ਜਿਹਾ ਕੋਈ ਜੰਮਿਆ ਹੀ ਨਹੀਂ ਉਹਦੇ ਵਰਗਾ, ਮੇਰੀ ਦਾਦੀ ਦੀ ਇੰਨੀ ਠੰਡਾ ਸੁਭਾਅ, ਮੇਰੀ ਮਾਂ ਦਾ ਸੁਭਾਅ ਬਹੁਤ ਕੌੜਾ ਸੀਗਾ, ਮੇਰੀ ਮਾਂ, ਹਾਂ ਮੇਰੀ ਮਾਂ ਦਾ ਛੱਜ ਸੋਨੇ ਦਾ ਪਾਕਿਸਤਾਨ 'ਚ ਪਾਇਆ ਸੀ, ਛੱਜ ਸੋਨੇ ਦਾ, ਤਵੀਤੜੀਆਂ, ਨਾਮ ਤਵੀਤ, ਗੋਖੜੂ, ਗੋਲਾ ਕਹਿੰਦੇ ਹੁੰਦੇ ਸੀ ਵੀ ਇਹ ਗੋਲਾ ਗੋਖੜੂ, ਇਹ ਇੰਨਾ ਗਹਿਣਾ ਮੇਰੀ ਮਾਂ ਦਾ ਛੱਜ ਸੋਨਾ ਸੀਗਾ, ਪਰ ਨਾਲ ਤਾਂ ਇੰਨਾ ਕੁ ਚੱਕਿਆ ਗਿਆ ਲਿਆਂਦਾ, ਬਾਕੀ ਕਹਿੰਦੇ ਘੜੇ 'ਚ ਦੱਬ ਕੇ ਆਏ ਹਾਂ ਅਸੀਂ ਪਾਕਿਸਤਾਨ, ਅਤੇ ਜਿੰਨਾ ਕੁ ਚੱਕਿਆ ਗਿਆ ਲਿਆਂਦਾ ਉਹਨਾਂ ਨੇ ਸਮਾਨ,
ਤੇ ਮੇਰੀ ਦਾਦੀ ਦਾ ਸੁਭਾਅ ਬਹੁਤ ਨਿੱਘਾ ਸੀ। ਮੇਰੀ ਮਾਂ ਮੇਰਾ ਪਿਓ ਕੱਲਾ ਕੱਲਾ ਸੀਗਾ, ਤਿੰਨ ਭੈਣਾਂ ਸੀਗੀਆਂ ਤੇ ਲਾਡਲਾ ਜਿਹਾ ਮੇਰਾ ਪਿਓ ਸੀਗਾ। ਮੇਰੀ ਮਾਂ ਵੀ ਕੱਲੀ ਕੱਲੀ ਸੀ, ਉਹ ਤਿੰਨ ਭਰਾਵਾਂ ਦੀ, ਦੋ ਭਰਾਵਾਂ ਦੀ ਇੱਕ ਭੈਣ ਸੀ, ਉਹ ਵੀ ਬਹੁਤ ਲਾਡਲੀ ਸੀਗੀ। ਉਹ ਕਹਿੰਦੇ ਮੇਰੀ ਮਾਂ ਦੱਸਦੀ ਹੁੰਦੀ ਹੈ ਕਿ ਮੈਂ ਆਪਣਾ ਇੱਕ ਪਿੰਡਾਂ ਨਹੀਂ ਸੀ ਤੁਰ ਸਕਦੀ ਤੇ ਮੈਂ ਮੇਰੇ ਭਰਾ ਪਿਓ ਨੂੰ ਕਿਹਾ ਉਤਰ ਜਾ, ਮੈਂ ਨਹੀਂ ਉਹ ਜਾਣਾ। ਮੇਰੇ ਫਿਰ ਨਾਨੇ ਨੇ ਘੋੜੀ ਲੈ ਕੇ ਦਿੱਤੀ, ਫਿਰ ਮੇਰੀ ਮਾਂ ਘੋੜੀ ਦੇ ਉੱਤੋਂ ਆਉਂਦੀ ਹੁੰਦੀ ਸੀਗੀ ਘੋੜੀ ਤੇ ਚੜ੍ਹ ਕੇ, ਤੇ ਉਹਨੇ ਕੱਲਾ ਕੱਲਾ ਮੇਰਾ ਪਿਓ ਸੀ, ਕੱਲੀ ਮਾਂ ਸੀ। ਮੇਰੀ ਦਾਦੀ ਇੰਨੀ ਨਿੱਘੇ ਸੁਭਾਅ ਦੀ ਸੀ ਨਾ, ਮੇਰੀ ਮਾਂ ਉਹਦੀ ਕੁੱਤਿਆਂ ਖਾਣੀ ਕਰ ਦੇਣੀ, ਪਰ ਉਹਨੇ ਨਹੀਂ ਬੋਲਣਾ। ਉਹਨੇ ਕਹਿਣਾ ਸੁਰਜੀਤ ਕੌਰੇ, ਕੋਈ ਗੱਲ ਨੀ ਸਰਜੀ, ਕੋਈ ਵੀ ਕੰਮ ਹੋਣਾ ਉਹਨੇ ਕਹਿਣਾ ਸੁਰਜੀਤ ਕਿਉਂਕਿ ਕੁਛ। ਮੇਰੀ ਦਾਦੀ ਖੁਦ ਮੇਰੀ ਮਾਂ ਦੀਆਂ ਮੇਰੀਆਂ ਭਰਜਾਈਆਂ ਦੇ ਬੱਚੇ ਹੋਏ ਨੇ, ਉਹ ਆਪ ਘੁੱਟਦੀ, ਲਤਾੜਦੀ, ਨੱਪਦੀ। ਉਹਨੇ ਕਦੀ ਉਹਦੀ ਪਿੱਪਣੀ ਨੀ ਤਪੀ, ਕਦੀ ਸੀ ਨੀ ਕੀਤੀ ਸੀ, ਉਹਦੇ ਅੰਦਰ ਹੈ ਹੀ ਨੀ ਸੀ ਕੋਈ ਇਹੋ ਜਿਹੀ ਗੱਲ ਦਵੈਸ਼ ਵਾਲੀ ਜਾਂ ਗੁੱਸੇ ਵਾਲੀ ਜਾਂ ਅੱਗੋਂ ਜਵਾਬ ਦੇਣੇ, ਸਵਾਲ ਕਰਨੇ ਨਾ। ਮੇਰੀ ਮਾਤਾ ਦਾ ਸੁਭਾਅ ਕੌੜਾ ਸੀਗਾ, ਉਹਦਾ ਸੁਭਾਅ ਥੋੜਾ ਜਿਹਾ ਬਹੁਤ ਜ਼ਿਆਦਾ ਕੌੜਾ ਸੀ, ਉਹ ਬਰਦਾਸ਼ਤ ਨਹੀਂ ਸੀ ਕਰਦੀ ਤੇ ਲੜਾਈ 'ਚ ਵੀ ਪੂਰੀ ਕਾਮਯਾਬ ਰਹਿੰਦੀ ਸੀ ਉਹ। ਤੇ ਮੇਰੇ ਪਾਪਾ ਜੀ ਵੀ ਬਹੁਤ ਨਿੱਘੇ ਸੁਭਾਅ ਦੇ ਸੀਗੇ ਤੇ ਉਹ ਦਾਦੀ ਨਿੱਘੇ ਸੁਭਾਅ ਦੇ ਸੀ, ਮੇਰੇ ਦਾਦੇ ਹੁਣੀ ਬੜੇ ਨਿੱਘੇ ਸੁਭਾਅ ਦੇ ਸੀਗੇ। ਪਰ ਹੁਣ 100 ਸਾਲ ਦੀ ਹੋ ਕੇ ਮੇਰੀ ਦਾਦੀ ਪੂਰੀ ਹੋਈ ਹੈ, 120-125 ਸਾਲ ਦਾ ਮੇਰਾ ਦਾਦਾ। ਤੇ ਏਦਾਂ ਕਰਕੇ ਅਸੀਂ ਸਮਾਂ ਦੇਖਿਆ, ਉਹ ਸਮਾਂ ਅੱਜ ਯਾਦ ਹੁੰਦਾ। ਅੱਜ ਬੱਚਿਆਂ ਨੂੰ ਕਹਿੰਦੇ ਆ ਬੱਚੇ ਮੰਨਦੇ ਨੀ, ਉਹ ਸਮਾਂ ਬਹੁਤ ਵਧੀਆ, ਕੰਮ ਕਰ ਕਰਕੇ ਥੱਕ ਗਏ। ਹੁਣ ਜੇ ਇੱਥੇ ਥੋੜਾ ਜਿਹਾ ਕੰਮ ਕਰਨਾ ਪਵੇ ਤੇ ਥੱਕ ਗਏ, ਕੋਈ ਗੱਲ ਨੀ ਥੱਕ ਗਏ ਆ। ਬਸ ਅਸੀਂ ਤਾਂ ਕਦੀ ਥੱਕਣ ਦਾ ਨਾਂ ਹੀ ਨਹੀਂ ਸੀ ਲਿਆ, ਸਾਡੀ ਸੰਭਾਲ ਵਿੱਚ ਤਾਂ ਅਸੀਂ ਬਹੁਤ ਕੰਮ ਕੀਤਾ। ਅੱਜ ਮੇਰਾ ਇੰਨਾ ਕੁ ਸਮਾਂ ਮੈਂ ਤੈਨੂੰ ਇੰਨਾ ਕੁ ਦੱਸਿਆ ਜਿੰਨਾ ਕੁ, ਇਸ ਤੋਂ ਵੱਧ ਫੇਰ ਮੌਕਾ ਮਿਲੇਗਾ ਫੇਰ ਕਰਾਂਗੀ, ਇਸ ਤੋਂ ਵੱਧ ਸਮਾਂ ਫੇਰ ਦੱਸਾਂਗੀ ਤੁਹਾਨੂੰ, ਫੇਰ ਆਪਣਾ ਅਗਲਾ ਆਉਣ ਵਾਲਾ ਸਮਾਂ ਜਿਹੜਾ ਕੀ ਬੀਤਿਆ, ਕਿਵੇਂ ਹੋਇਆ, ਕਿਸ ਤਰ੍ਹਾਂ ਲੰਘਿਆ, ਇਹ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੀ। ਹੁਣ ਇਸ ਵੇਲੇ ਸਤਿ ਸ਼੍ਰੀ ਅਕਾਲ ਜੀ।